ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋ ਗਏ ਅਤੇ ਆਪਾਂ ਵੀ ਬਹੁਤ ਵਧੀਆ ਵਾਂ। ਅਤੇ ਮੇਰੀ ਇੱਕੋ ਹੀ ਲਾਈਨ ਹੁੰਦੀ ਆ ਹਮੇਸ਼ਾ, ਜਦੋਂ ਵੀ ਮੈਂ ਬਲੌਗ ਸ਼ੁਰੂ ਕਰਦਾ ਅਤੇ ਮੈਨੂੰ ਚੇਤਾ ਆ ਗਿਆ, ਮੈਨੂੰ ਚੇਤਾ ਆ ਗਿਆ ਕਿ ਲਾਈਨ ਮੈਂ ਇੱਕੋ ਬੋਲਦਾ ਵਾ। ਚਲੋ ਨੈਕਸਟ ਟਾਈਮ ਮੈਂ ਟਰਾਈ ਕਰਾਂਗਾ ਕੁਛ ਹੋਰ ਬੋਲਾਂ। ਫਿਲਹਾਲ ਆਪਾਂ ਅਕੈਡਮੀ ਦੇ ਵਿੱਚ ਹਾਂ, ਸ਼ੂਟ ਕਰ ਰਹੇ ਹਾਂ ਅੱਜ ਨਾਈਟ ਦਾ, ਪੂਰੀ ਰਾਤ ਆਪਾਂ ਇੱਥੇ ਰਹਿਣਾ ਵਾ ਅਤੇ ਸੋਚਿਆ ਬਲੌਗ ਬਣਾਉਂਦੇ ਹਾਂ ਅਤੇ ਤੁਹਾਨੂੰ ਵੀ ਦੱਸਦੇ ਹਾਂ ਆਪਾਂ ਵੀਡੀਓ ਦੇ ਨਾਲ ਵਿੱਚ ਬਣੇ ਰਹਿਣਾ। ਆਪਣੇ ਡਾਇਰੈਕਟਰ ਸਾਹਿਬ ਆ, ਸ਼ਕਲ ਵੇਖੋ ਉਹਨਾਂ ਦੀ, ਹੈ ਕੋਈ ਸ਼ਕਲ ਤੋਂ ਲੱਗਦੀ ਤੁਹਾਨੂੰ ਡਾਇਰੈਕਟਰ ਕੇ ਬਾਤ ਤੇ ਆਪਣੀ ਭੂਤਨੀ ਵੀ ਹੈ ਵਾ। ਭੂਤਨੀ ਆ ਸਾਹਮਣੇ, ਤੂੰ ਚੱਲ ਮੈਂ ਪੀਲੇ ਪੀਲੇ ਅਮਰ ਰਾਜਾ ਪੰਡਾ ਸੀਨ ਵੀ ਹੈਗਾ ਸ਼ਾਂਤ। ਇਹ ਆਪਣੇ ਸ਼ੂਟ ਦੀ ਮੇਨ ਚੜੇ ਹਰ ਵੀ ਸ਼ੂਟ ਹੋ ਰਿਹਾ ਭਾਈ। ਮੁਝੇ ਇੱਕ ਬਾਤ ਬਤਾ, ਤੁਹਾਡੇ ਪਾਸ ਗਰ ਹੈ, ਪੈਸਾ ਹੈ, ਚੱਲ ਠੀਕ ਹੈ ਫਿਰ, ਇੱਕ ਚੇਅਰਸ, ਗੁੱਡ ਨਾਈਟ। ਗੁੱਡ ਨਾਈਟ। ਸੋਨੇ ਰਾਈ ਦੇ ਆ ਜਾ ਬਾਈ, ਹੁਣ ਉਧਰ ਹੋ ਬੰਦਾ ਪਿੱਛੇ ਬਾਈ ਪਛਾਣਾ। ਸ਼ੋਰਟ ਮੂਵੀ ਨਾਈਟ ਸ਼ੂਟ ਰੋਲ ਹੋਰਨ ਛੁੱਟ ਚੱਲ ਰਿਹਾ ਐਂਡ ਐਕਸ਼ਨ। ਆਪਣੇ ਜਗਰਾਤਿਆਂ ਦਾ ਕੰਮ ਜੇ ਜੋ ਵੀ ਜਗਰਾਤਿਆਂ ਦੇ ਕੰਮ ਕਰਦੇ ਨੇ ਤੇ ਠੀਕ ਭੂਤ ਦਾ ਰੋਲ ਕਰ ਰਹੇ ਨੇ। ਲੋ ਜੀ, ਚਾਹ ਰੈਡੀ ਹੋ ਚੁੱਕੀ ਹੈ ਜੀ। ਟਾਈਮ ਤੁਹਾਨੂੰ ਪਤਾ ਹੀ ਹੈ ਕਿੰਨਾ ਹੋ ਗਿਆ, ਟਾਈਮ ਤੁਹਾਨੂੰ ਦੱਸਦੇ ਹਾਂ।
ਲੋ ਜੀ ਡੇਢ ਵੱਜ ਗਿਆ ਜੀ। ਸੋ ਸਾਡਾ ਸ਼ੂਟ ਚੱਲ ਰਿਹਾ ਹੈ। ਬੋਲੋ ਇੱਕ ਮਿੰਟ। ਚਲੋ ਠੀਕ ਹੈ, ਚਲੋ 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 ਰੋਲ ਡੋਰ ਕਲੋਜ਼ ਜਾਓ। ਸੋ ਨਾਈਟ ਸ਼ੂਟ, ਨਾਈਟ ਸ਼ੂਟ ਲੈਂਦੇ ਹੋ ਇੱਕ ਘੰਟਾ ਰਾਤੀ ਆਏ ਇੱਧਰ। ਜੇ ਇਹਨੂੰ ਮੰਨ ਲਾ ਜਿਹੜੀ ਚੜੇਲ ਬਣਾਈ ਦੀ ਆ ਇਹਨੂੰ ਪਾਪੜ ਖਵਾ ਦੀ ਆ ਤੇ ਉੱਡਣ ਲੱਪੇ ਉੱਡਣ ਦੇ ਰਹੀ ਆ ਕਿਉਂ ਵੀ ਲਾਟੂ ਵਾਲਾ ਪੂਤ ਨੀ ਤੂੰ ਬਹੁਤੀ ਤਮਾਸ਼ੂ ਨੀ ਬਣੀ ਰਹਿ ਬੜੋ ਆਪਾਂ ਮੂੰਹ ਨਾਲ ਗੱਲ ਕਰਨ ਦੇ ਯਾਰ ਕੈਂਡਾ ਲੱਗੇ ਕੋਈ ਚੱਕਰ ਨੀ ਲਓ ਜੀ ਬ੍ਰੇਕ ਟਾਈਮ। ਡਾਇਰੈਕਟਰ ਸਾਹਿਬ ਕਹਿੰਦੇ ਕਿ ਬ੍ਰੇਕ ਲੈ ਲਓ ਤੇ ਬ੍ਰੇਕ ਲੈ ਲਈ ਗਿਆ। ਬਹੁਤ ਜਲਦੀ ਤੁਹਾਨੂੰ ਇੱਕ ਅਲੱਗ ਲੈਵਲ ਦੀ ਫਿਲਮ ਦੇਖਣ ਨੂੰ ਮਿਲੇਗੀ ਜੋ ਕਿ ਸਭ ਤੋਂ ਪਹਿਲੇ ਕਹਿੰਦਾ ਮੈਂ ਦਿਲੋਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ, ਸਾਰੀ ਟੀਮ ਦਾ ਇਹਨਾਂ ਦਾ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ। ਥੈਂਕ ਯੂ ਸਰ। ਬਸ ਜਲਦੀ ਆਈ ਫਿਲਮ ਸਾਡੇ ਵੀਰਾਂ ਦੀ। ਤੁਸੀਂ ਵੀ ਦੋ ਕੁਛ ਬੋਲੋ। ਜ਼ਖਮ ਲੱਗ ਰਿਹਾ ਕਲੀਅਰ। ਹਾਂ ਹਾਂ ਹੋਇਆ ਸ਼ੂਟ ਚੱਲ ਰਿਹਾ, ਨਾਈਟ ਸ਼ੂਟ।
ਕੱਟਣਾ ਹੀ ਕੱਖ ਨਹੀਂ ਦੇ ਕੋਸਟਿਊਮ ਚੇਂਜ ਹੋ ਗਿਆ ਜੀ ਤੇ ਹੁਣ ਮੇਰਾ ਸੂਟ ਸਵੇੜਦਾ ਹੈ ਚਟਨੀ ਸ਼ਕੀਨ ਹੈਨੀ ਆ ਉਧਰ ਹੈਗੀ ਉਹ ਕੋ ਸੋ ਕਿੰਨੀ ਮਿਹਨਤ ਨਾ ਚਾਨਣੀ ਪਰਦੇ ਫੜ ਲਏ ਆ ਫਟ ਕੇ ਬੰਦ ਕਰਨ ਵਾਲੇ ਤੇ ਥੱਲੇ ਆਪਣਾ ਪ੍ਰਧਾਨ ਸੁੱਤੇ ਦਾ ਆ ਆ ਪ੍ਰੋਪਰਲੀ ਸ਼ੂਟ ਮੈਂ ਤੁਹਾਨੂੰ ਇੱਥੇ ਰਿਹਾ ਹੁੰਦਾ ਇਹਦੇ ਇਹਦੇ ਮੂੰਹ ਤੇ ਲੈਟ ਨਹੀਂ ਲੱਗੀ ਠੀਕ ਹੈ ਤੁਹਾਡੇ ਡਾਇਰੈਕਟਰ ਸਾਹਿਬ ਨੇ ਚੂਹੇ ਵਾਲੀ ਬਰਫੀ ਖਾ ਲਈ ਤੇ ਸਾਨੂੰ ਵੀ ਦੇਣ ਦੇ ਕਹਿੰਦਾ ਪਿਆਰ ਪਿਆਰ ਸ਼ੇਅਰ ਕੀਤਾ ਕਿੱਦਾਂ ਬੰਦਾ ਹੋ ਰਹੀ ਸੀ ਕਿੱਦਾਂ ਮੇਰੀ ਚੜੇਲ ਲਾਸਟ ਝੂਟ ਰਹਿ ਗਿਆ ਵਾ ਤੇਰਾ ਤੇ ਮੇਰਾ ਤੂੰ ਮੇਰੇ ਲਾਗੇ ਬੈਠੀ ਰਹਿਣਾ ਵਾ ਠੀਕ ਹੈ ਉੱਠ ਮੇਰਾ ਵੀ ਉੱਠ ਜਾ ਉੱਠ ਜਾ ਉੱਠ ਜਾ ਆਪਣਾ ਮੇਕਅਪ ਮੈਣਾ ਇਹ ਵੀ ਉੱਠ ਜਾਵਾ ਟਾਈਮ ਸਿਰ ਹੀ ਉੱਠ 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 ਜਾ ਉੱਠ ਜਾ ਸ਼ਾਬਾਸ਼ 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 ਸੋ ਗੁੱਡ ਮਾਰਨਿੰਗ ਹੋ ਚੁੱਕੀ ਹੈ ਜੀ 5 ਵਜ ਗਏ ਆ ਇਹ ਆ ਇੱਕੋ ਟਾਈਮ 5:04 ਹੋ ਗਏ ਜੀ ਤੇ ਸਾਡਾ ਸ਼ੂਟ ਹੈ ਚੱਲ ਰਿਹਾ ਹਜੇ ਵੀ ਚੱਲ ਰਿਹਾ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਚੀਜ਼ ਨੂੰ ਸੋ ਤੁਸੀਂ ਤੇ ਮੈਂ ਬਣ ਚੁੱਕਿਆ ਆ ਦਾ ਨੋਕ ਮਤਲਬ ਦਾ ਨੋਕ ਇਟਸ ਮੀ ਮਤਲਬ ਮੈਂ ਭੂਤ ਬਣ ਚੁੱਕਿਆ ਭੂਤ ਬਣ ਕੇ ਹੁਣ ਮੈਂ ਇਸ ਇਨਸਾਨ ਨੂੰ ਡਰਾਵਾਂਗਾ ਮੇਕਅਪ ਆਰਟਿਸਟ ਹੈ ਇਹਨਾਂ ਨੇ ਕੀਤਾ ਉਹਨੂੰ ਕੀ ਹੋਇਆ ਜੀ ਉਹ ਉਹ ਠੀਕ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਉਹਨੂੰ ਛੱਡ ਕੇ ਉਹਨੂੰ ਛੱਡ ਕੇ ਉਹਨੂੰ ਰਿਪਲੇਸ ਕਰਕੇ ਲੋ ਜੀ ਡੈਨ ਫੇਰ ਆ ਗਈ ਆ ਇੱਕ ਵਾਰੀ ਫੇਰ ਕਿੰਨੇ ਵਜੇ ਆਈ ਆ 7 ਆਈ ਹੈ ਪੂਰੇ ਵੇਖ ਲਓ ਅਤੇ ਤੁਹਾਨੂੰ ਲਾਗੇ ਕਰਕੇ ਦੱਸ ਆ ਵੇਖ ਲਓ 7 ਆਈ ਹੈ ਪੂਰੀ ਚਾਚਾ ਜੀ ਦਾ ਬੁਰਾ ਹਾਲ ਹੋ ਚੁੱਕਿਆ ਨੀਂਦ ਪੂਰੀ ਆਈ ਹੈ ਅਤੇ ਮੇਰਾ ਪਰਛਾਵਾਂ ਤੁਸੀਂ ਵੇਖ ਸਕਦੇ ਹੋ ਮੈਨੂੰ ਵੀ ਨੀਂਦ ਆਈ ਦੀ ਚੱਕਰ ਆਉਣ ਡਿਆ ਵਾ ਹੁਣ ਡਿੱਗਣ ਵਾਲਾ ਵਾ ਬਸ ਆਉਂ ਕਰਕੇ ਭਾਅ ਜੀ ਹੁਣੀ ਉੱਠ ਗਏ ਨੇ ਟਾਈਮ ਸਿਰ ਹੀ ਗੁੱਡ ਮਾਰਨਿੰਗ ਭਾਅ ਜੀ ਕੀ ਹਾਲ ਜੀ ਗੁੱਡ ਮਾਰਨਿੰਗ ਬੜਾ ਬੁਰਾ ਹਾਲ ਹੈ ਬੜਾ ਬੁਰਾ ਹਾਲ ਆਇਆ ਟਰੈਕਟਰ ਸਾਹਿਬ ਦੀ ਤਾਂ ਪਹਿਲਾਂ ਹੀ ਬੈਂਡ ਵਜਾਈ ਸੀ ਹਾਂ ਵੇਖੋ ਟਰੈਕਟਰ ਟਰੈਕਟਰ ਨਹੀਂ ਟਰੈਕਟਰ 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 ਹੈ ਇਹ ਤੇ ਆਏ ਆਪਾਂ
ਤੇ ਇਸੇ ਦੇ ਨਾਲ ਬਸ ਲਾਸਟ ਸ਼ੂਟ ਹੀ ਆਪਣਾ ਲਾਸਟ ਸ਼ੂਟ ਹੀ ਆ ਨਾ ਸਰ ਨਹੀਂ ਅੱਜ ਦਾ ਮਤਲਬ ਇਹ ਜਿਹੜਾ ਆਪਾਂ ਘਰ ਦਾ ਸ਼ੂਟ ਲਿਆ ਵਾ ਆਪਣਾ ਲਾਸਟ ਹੀ ਸ਼ੂਟ ਆ ਇਸ ਤੋਂ ਬਾਅਦ ਆਪਾਂ ਲਵਾਂਗੇ ਡੇ ਦੇ ਸ਼ੂਟ ਅੱਗੇ ਅਤੇ ਉਹ ਅਗਲੇ ਬਲੌਗ ਵਿੱਚ ਹੀ ਦੱਸਾਂਗੇ ਇਹ ਬਲੌਗ ਮੇਰੇ ਖਿਆਲ ਹੋ ਗਿਆ ਬਹੁਤ ਅੱਛਾ ਅਤੇ ਤੁਸੀਂ ਬਲੌਗ ਨੂੰ ਜੇ ਇੰਜੋਏ ਕੀਤਾ ਵਾ ਅਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਮੈਂਟ ਤੋਂ ਹੀ ਪਤਾ ਲੱਗਦਾ ਵਾ ਕਿ ਤੁਹਾਨੂੰ ਵੀਡੀਓ ਦੀ ਕਿੱਦਾਂ ਦੀ ਲੱਗੀ ਬਾਕੀ ਨੀਂਦ ਮੈਨੂੰ ਬਹੁਤ ਜ਼ਿਆਦਾ ਆਈਦੀ ਹੈ ਸੋਵਾਂਗੇ ਹੁਣ ਘਰ ਜਾ ਕੇ ਫਿਰ ਕਲਾਸ ਆ 12 ਵਜੇ ਥੋੜ੍ਹਾ ਜਿਹਾ ਸੋ ਜਾਵਾਂਗੇ ਫਿਰ ਆ ਜਾਵਾਂਗੇ ਅਕੈਡਮੀ ਅਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੱਸਦੇ ਵੱਸਦੇ ਰਹੋ ਖੁਸ਼ ਰਹੋ ਅਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ।